हलका गुरु हरसाए मजदूर जमात दिया मंगा नू लेके 15 मई नू लोक डीसी दफ्तर फिरोजपुर विखे अपना विशाल इकट्ठ करनगे। अपनियां मुख मंगा जिवे कि डिपू तो मिलन वाली सरकारी कणक दियां पर्चियां ना कटियां जान अते जिन्हां दियां पर्चियां कटियां गईयां पार्टीबाजी करके उन्हां नू कणक ना देना जां काट देना तो इलावा मजदूरां नू झोने दी बिजाई समय किसानां वल्लों पूरी मेहनत ना दे के मजदूरां नू लाभी काट देना अते होर मजदूर मंगा नू लैके संघर्ष कीता जा रहा है। इन्हां शब्दां दा प्रगटावा करदिआं अपनी दुनिया भगत सिंह राज दरबार दे सूबा कन्वीनर लाली जीवां राई ने पिंड चांदीवाला विखे होए इकट्ठ नू संबोधन करदिआं कीता। इस मौके ते भारी इकट्ठ होया अते मजदूरां वल्लों अपनियां मंगां दी प्राप्ति लई सरकार अते प्रशासन विरुद्ध जम के नारेबाजी भी कीती गई। इस इकट्ठ विच शामिल होईआं औरतां वल्लों पंजाब दे मुख मंत्री भगवंत सिंह मान तों औरतां दे खाते विच 1000 रुपया वाला वादा पूरा करके 1000 रुपया चालू करन दी मंग भी कीती गई। इस मौके लाली जीवा राई ने मजदूरां वल्लों किसान जथेबंदियां नूं अपील कीती है कि जेकर ओ किसान मजदूर एकता जिंदाबाद दा नारा बुलंद करदे हन तां 15 मई नूं डीसी दफ्तर फिरोजपुर पहुंच के अपनी किसान जथेबंदियां वल्लों मजदूरां दा साथ देण अते झोने दी बिजाई दी लवाई चो मजदूरां दा सही रेट प्रति एकड़ दिवाउण विच मदद करन अते महंगाई नूं मुख रखदिआं अपनी राय देण अते मजदूरां दी मदद करन। भगत सिंह लाली ने मजदूरां मंगां दी प्राप्ति लई जिले फिरोजपुर दियां सारियां मजदूर अते किसान जथेबंदियां अते इंसाफ पसंद लोकां नूं सद्दा दित्ता है कि ओ 15 मई नूं डीसी दफ्तर फिरोजपुर विखे 12 वजे पहुंचण दी कृपालता करन तां जो लोकां दे बनदे हक्कां दी प्राप्ति कीती जा सके। जीवां राई लाइव अमर सिंह वारवल। एक जिहड़ी ट्राली बनाउण दी कीमत आ 4000 तों 4500 हो गई, पर सीजन दे विच मजदूरां दी झोने दी लवाई आ जिहड़ी ਉਹ ਬਿਲਕੁਲ ਕਿਸਾਨ ਨੇ ਜਿਹੜੇ ਡਾਊਨ ਪੇਮੈਂਟ 'ਤੇ ਜਿਹੜੀ ਤੈਅ ਕਰਦੇ ਨੇ। ਅਸੀਂ ਕਿਸਾਨਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਜੇਕਰ ਸੱਚਮੁੱਚ ਤੁਸੀਂ ਸਾਡੇ ਨਾਲ ਭਾਈਚਾਰਾ ਬਣਾ ਕੇ ਰੱਖਣਾ ਹੈ ਔਰ ਸਾਨੂੰ ਆਪਦਾ ਹਿੱਸਾ ਸਮਝਦੇ ਹੋ, ਅਸੀਂ ਤੁਹਾਡੇ ਖੇਤਾਂ ਵਿੱਚ ਕੰਮ ਕਰਦੇ ਹਾਂ, ਤਾਂ 15 ਮਈ ਨੂੰ ਕਿਸਾਨ ਜਥੇਬੰਦੀਆਂ ਵੀ ਮਜ਼ਦੂਰਾਂ ਦੀ ਸਪੋਰਟ 'ਤੇ ਆਉਣ ਔਰ ਉੱਥੇ ਬੈਠ ਕੇ ਜੇਕਰ ਸਰਕਾਰ ਸਾਨੂੰ ਝੋਨੇ ਦੀ ਲਵਾਈ ਦਾ ਰੇਟ ਤੈਅ ਸਰਕਾਰ ਰਾਹੀਂ ਨਹੀਂ ਕਰਵਾਉਂਦੀ, ਡੀਸੀ ਸਾਹਿਬ ਉਹਦੇ ਰਤੇ ਕੋਈ ਨਹੀਂ ਬੋਲਦੇ, ਤਾਂ ਘੱਟੋ ਘੱਟ ਕਿਸਾਨ ਜਥੇਬੰਦੀਆਂ ਤਾਂ ਮਜ਼ਦੂਰਾਂ ਦੇ ਨਾਲ ਆ ਕੇ ਖੜਨ ਔਰ ਮਜ਼ਦੂਰਾਂ ਨੂੰ ਬੋਲਣ ਕਿ ਮਹਿੰਗਾਈ ਦੇ ਮੁਤਾਬਕ ਇੱਕ ਏਕੜ ਝੋਨੇ ਦੀ ਲਵਾਈ ਆ ਜਿਹੜੀ ਉਹ ਕਿੰਨੀ ਹੋਣੀ ਚਾਹੀਦੀ ਹੈ। ਸੋ ਅਸੀਂ 6500 ਰੁਪਏ ਦੀ ਮੰਗ ਕਰ ਰਹੇ ਹਾਂ। ਜੇਕਰ ਕਿਸਾਨਾਂ ਨੂੰ ਐਂ ਲੱਗਦਾ ਹੋਵੇ ਕਿ ਇਹ ਜ਼ਿਆਦਾ ਹੈ ਤਾਂ ਸਾਡੇ ਨਾਲ ਟੇਬਲ ਟਾਕ ਕਰਕੇ ਆਪਦੀ ਕਿਸਾਨ ਯੂਨੀਅਨ ਦੇ ਮੈਂਬਰਾਂ ਨੂੰ ਆਗੂਆਂ ਨੂੰ ਬੁਲਾਉਣ, ਅਸੀਂ ਉਹਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਹਾਂ ਔਰ ਆਸ ਕਰਾਂਗੇ ਕਿ ਜਿਵੇਂ ਦਿੱਲੀ ਦੇ ਵਿੱਚ ਮਜ਼ਦੂਰਾਂ ਨੇ ਕਿਸਾਨਾਂ ਦਾ ਸਾਥ ਦਿੱਤਾ, ਕਿਸਾਨ ਵੀ ਸਾਡਾ ਜਿਹੜਾ ਸਾਥ ਦੇਣਗੇ। ਇਸ ਤੋਂ ਇਲਾਵਾ ਸਾਡੀਆਂ ਪੰਜਾਬ ਸਰਕਾਰ ਤੋਂ ਹੋਰ ਮੰਗਾਂ ਨੇ ਕਿ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਿਹਾ ਸੀ ਕਿ ਬੀਬੀਆਂ ਨੂੰ 1000 ਰੁਪਈਆ ਹੈ ਜਿਹੜਾ ਉਹ ਦਿੱਤਾ ਜਾਏਗਾ ਰਸੋਈ ਦਾ ਖਰਚਾ, ਪਰ ਉਹ ਅੱਜ ਤੱਕ ਨਹੀਂ ਮਿਲਿਆ ਔਰ ਜਿੰਨੇ ਵੀ ਭੈਣਾਂ ਭਰਾ ਇਹ ਚਾਹੁੰਦੇ ਨੇ, ਬੀਬੀਆਂ ਇਹ ਚਾਹੁੰਦੀਆਂ ਨੇ ਕਿ ਉਹ ਮਜ਼ਦੂਰਾਂ ਦਾ ਜਿਹੜਾ ਹੱਕ ਹੈ ਜਾਂ ਬੀਬੀਆਂ ਦਾ ਜਿਹੜਾ ਮਾਣ ਸਨਮਾਨ 1000 ਰੁਪਈਆ ਸਰਕਾਰ ਚਾਲੂ ਕਰੇ। ਅਸੀਂ ਇਹ ਵੀ ਮੰਗ ਨੂੰ ਵੱਡੇ ਪੱਧਰ 'ਤੇ ਡੀਸੀ ਦਫ਼ਤਰ 15 ਤਰੀਕ ਮਈ ਤੋਂ ਜਿਹੜਾ ਉਹ ਵਾਰਨ ਵਾਸਤੇ ਜਾ ਰਹੇ ਹਾਂ ਔਰ ਇਲਾਕੇ ਦੇ ਵਿੱਚ ਇਨਸਾਫ ਪਸੰਦ ਜਿਹੜੇ ਲੋਕ ਨੇ, ਇਨਸਾਫ ਪਸੰਦ ਜਥੇਬੰਦੀਆਂ ਨੇ ਭਾਵੇਂ ਉਹ ਕਿਸੇ ਪਾਰਟੀ ਨਾਲ ਸੰਬੰਧਿਤ ਹੋਣ, ਉਹਨਾਂ ਨੂੰ ਅਸੀਂ ਇਸ ਵੀਡੀਓ ਰਾਹੀਂ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਭਾਈ 15 ਮਈ ਨੂੰ ਮਜ਼ਦੂਰਾਂ ਦੀਆਂ ਮੁਸ਼ਕਲਾਂ, ਮਜ਼ਦੂਰਾਂ ਦੇ ਝੋਨੇ ਦੀ ਲਗਵਾਈ ਔਰ ਜਿਹੜੇ ਬਾਹਰੋਂ ਭਈਆ ਲੋਕ ਆ ਕੇ ਪੰਜਾਬੀ ਮਜ਼ਦੂਰਾਂ ਦਾ ਜਿਹੜਾ ਹੱਕ ਹੈ ਉਹ ਘੱਟ ਪੈਸਿਆਂ ਦੇ ਵਿੱਚ ਉਹ ਕੰਮ ਕਰਕੇ ਇਹਨਾਂ ਦੇ ਹੱਕ 'ਤੇ ਜਿਹੜਾ ਡਾਕਾ ਮਾਰ ਰਹੇ ਨੇ, ਉਹਦੇ 'ਤੇ ਵੀ ਆਪਾਂ ਜਿਹੜੀਆਂ ਵਿਚਾਰਾਂ ਕਰਨੀਆਂ ਨੇ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਕੰਮ ਦਿੱਤਾ ਜਾਵੇ, ਪ੍ਰਵਾਸੀਆਂ ਨੂੰ ਬਾਅਦ ਵਿੱਚ ਜਿਹੜਾ ਵਿਚਾਰਿਆ ਜਾਵੇ ਔਰ ਜਿਹੜੇ ਮਜ਼ਦੂਰ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਤਾਂ ਉਹਦੇ ਵਿੱਚ ਜੇ ਲੋਕਾਂ ਦੀ ਦਾਣਿਆਂ ਦੀ ਸਮੱਸਿਆ ਹੈ, 1000 ਰੁਪਇਆ ਸਰਕਾਰ ਦੇਣ ਵਾਲੀ ਮੰਗ ਹੈ। ਡੀਪੂ ਹੋਲਡਰਾਂ ਦੇ ਰਾਹੀਂ ਜਿਨ੍ਹਾਂ ਲੋਕਾਂ ਦੇ ਨਜਾਇਜ਼ ਕਾਰਡ ਕੱਟੇ ਗਏ ਨੇ ਉਹ ਰਾਸ਼ਨ ਕਾਰਡ ਦੁਬਾਰਾ ਬਣਾਉਣ ਦੀ ਜਿਹੜੀ ਸਾਡੀ ਮੰਗ ਹੈ ਔਰ ਜਿਨ੍ਹਾਂ ਲੋਕਾਂ ਦੀਆਂ ਪਰਚੀਆਂ ਨਹੀਂ ਕੱਟੀਆਂ ਗਈਆਂ ਪਾਰਟੀਬਾਜ਼ੀ ਦੀ ਵਜ੍ਹਾ ਕਰਕੇ ਜਾਂ ਹੋਰ ਵਖਰੇਵੇਂ ਕਰਕੇ ਉਹਨਾਂ ਦੀਆਂ ਪਰਚੀਆਂ ਕੱਟਣ ਤੋਂ ਰਹਿ ਗਈਆਂ, ਡੀਸੀ ਸਾਹਿਬ ਉਹਦੇ 'ਤੇ ਗੌਰ ਕਰਦੇ ਹਾਂ। ਪੂਰੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਉਹ ਪਰਚੀਆਂ ਲੋਕਾਂ ਨੂੰ ਕਟਵਾਉਣ ਅਤੇ ਉਹਨਾਂ ਦਾ ਬਣਦਾ ਹੱਕ ਜਿਹੜਾ ਉਹਨਾਂ ਨੂੰ ਦਿੱਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।